ਮੁਲਤਾਨ ਦੇ ਗਵਰਨਰ ਪੰਜਾਬ ਦੇ ਰਹਿਾਇਸ਼ੀ ਇਲਾਕੇ ਰਹਿਮਤ ਕਾਲੋਨੀ ਵਿੱਚ ਗੰਦਾ ਪਾਣੀ ਜਮ੍ਹਾਂ ਥੀਵਣ ਨਾਲ ਤਾਫੁਨ ਤੇ ਬਿਮਾਰੀਆਂ ਖੇਡ ਗਏ ਸ਼ਹਿਰੀਆਂ ਵਾਸਾ ਤੇ ਨਿੱਜੀ ਚਮੜੇ ਦੀ ਫੈਕਟਰੀ ਮਾਲਕਾਂ ਦੇ ਖਿਲਾਫ ਇਹਤਜਾਜ ਕੀਤੇ ਨਵਾਪੁਰ ਰੋਡ ਨਾਲ ਰਹਿਮਤ ਕਾਲੋਨੀ ਚਮੜੇ ਦੀ ਫੈਕਟਰੀ ਦਾ ਗੰਦਾ ਪਾਣੀ ਇਲਾਕੇ 'ਚ ਕਾਫੀ ਅਰਸੇ ਤੋਂ ਜਮ੍ਹਾਂ ਹੈ ਜਿਹਦੀ ਵਜ੍ਹਾ ਤੋਂ ਇਲਾਕੇ 'ਚ ਮੁਖਤਲਿਫ ਬਿਮਾਰੀਆਂ ਖਿੰਡੀਆਂ ਪੈਣ ਕਾਲੋਨੀ ਦੇ ਰਿਹਾਇਸ਼ਾਂ ਫੈਕਟਰੀ ਮਾਲਕਾਂ ਤੇ ਵਾਸਾ ਦੇ ਖਿਲਾਫ ਇਹਤਜਾਜੀ ਮੁਜ਼ਾਹਰਾ ਕਰਦੇ ਹੋਏ ਰੋਡ ਬਲਾਕ ਕਰਤੀ ਮੁਜ਼ਾਹਰੀਨ ਹਕੂਮਤ ਵਾਸਾ ਤੇ ਫੈਕਟਰੀ ਮਾਲਕਾਂ ਦੇ ਖਿਲਾਫ ਸ਼ਦੀਦ ਨਾਰੇਬਾਜ਼ੀ ਕੀਤੀ ਮੁਜ਼ਾਹਰੀਨ ਦਾ ਕਿ ਘਰਾਂ ਦੇ ਅਗੂ ਅਰਸਾ ਦਰਾਜ਼ ਤੋਂ ਗੰਦਾ ਪਾਣੀ ਖੜੇ ਜਿਹਦੀ ਵਜ੍ਹਾ ਤੋਂ ਹੁਣ ਉਹਨਾਂ ਕੋਲ ਸ਼ਹਿਰੀ ਇਫਤਾਰੀ ਤੇ ਨਮਾਜ਼ ਦੇ ਤਰਾਵੀ ਦੇ ਵੇਲੇ ਮੁਸ਼ਕਲਾਂ ਦਾ ਸਾਹਮਣਾ ਹੈ ਉਹਨਾਂ ਦਾ ਆਖਣਾ ਜੋ ਰਿਹਾਇਸ਼ੀ ਇਲਾਕੇ 'ਚ ਫੈਕਟਰੀ ਲਾਉਣ ਜੁਰਮੇ ਪਰ ਜ਼ਿਲ੍ਹੇ ਇੰਤਜ਼ਾਮੀਆ ਦੀ ਮਿਲੀ ਭਗਤ ਨਾਲ ਕਾਫੀ ਅਰਸੇ ਤੋਂ ਇਹ ਫੈਕਟਰੀ ਉੱਥਾਂ ਲੱਗੀ ਹੋਈ ਹੈ ਤੇ ਹਾਲੇ ਤਾਈਂ ਫੈਕਟਰੀ ਦੇ ਖਿਲਾਫ ਕੋਈ ਕਾਰਵਾਈ ਕਹਿ ਨਹੀਂ ਕੀਤੀ ਗਈ ਮੁਜ਼ਾਹਰੀਨ ਮੁਤਾਲਬਾ ਕਰਦੇ ਜੋ ਫੌਰੀ ਤੌਰ 'ਤੇ ਸੈਵਰੇ ਦੇ ਨਿਜ਼ਾਮ ਨੂੰ ਠੀਕ ਕਰਤੇ ਫੈਕਟਰੀ ਨੂੰ ਵੀ ਇੰਡਸਟਰੀਅਲ ਸਟੇਟ 'ਚ ਮੁੰਤਕਲ ਕੀਤਾ ਵਨੇ